Seeing the Sikh preparations for war, Muslim villagers decided to launch a first strike. In March 1947, Sikh villages around Rawalpindi came under attack. The Sikhs were heavily outnumbered by Muslims. Their biggest fear was that their women would be taken away, converted, and raped. ਇੱਕ ਮੁਸਲਮਾਨ ਸੀ ਗੁਲਾਮ ਰਸੂਲ ਉਹਦਾ ਨਾਂ ਸੀ ਉਸਨੇ ਇੱਕ ਲੜਕੀ ਦੀ ਡਿਮਾਂਡ ਕੀਤੀ ਕਿ ਇੱਕ ਲੜਕੀ ਮੈਨੂੰ ਦੇ ਦਿਓ ਤੇ ਅਸੀਂ ਸਾਰੇ ਲੋਕਾਂ ਨੂੰ ਉਹ ਬਦਮਾਸ਼ ਟਾਈਪ ਦਾ ਆਦਮੀ ਸੀ ਔਰ ਅਸੀਂ ਸਾਰੇ ਲੋਕਾਂ ਨੂੰ ਇੱਥੋਂ ਹਟਾ ਦੇਵਾਂਗੇ The women of the village went into hiding. Bir Bahadur Singh's father decided to act to save the honor of his village. His teenage son looked on. 10 ਸਾਲ ਤੋਂ ਲੈ ਕੇ 40 ਸਾਲ ਦੀ ਤੱਕ ਜਿਹੜੀਆਂ ਸੁਨੱਖੀਆਂ ਸਨ ਸਾਡੇ ਇਲਾਕੇ ਚ ਬੜੀਆਂ ਔਰਤਾਂ ਸੁਨੱਖੀਆਂ ਆਉਂਦੀਆਂ ਸਨ ਪਹਾੜ ਦਾ ਨੀਮ ਪਹਾੜ ਦਾ ਇਲਾਕਾ ਸੀ ਤੇ ਉਹ ਸਭ ਤੋਂ ਪਹਿਲਾਂ ਆਪਣੇ ਥੋੜਾ ਆਵਾਜ਼ ਮਾਰੀ ਸਭ ਤੋਂ ਪਹਿਲਾਂ ਆਪਣੀ ਬੇਟੀ ਨੂੰ ਮਾਨ ਬੇਟਾ ਆ ਜਾ ਮੇਰੀ ਭੈਣ ਮਾਨ ਕੌਰ ਜਿਹੜੀ ਮੇਰੇ ਕੋਲ 2 ਸਾਲ ਵੱਡੀ ਸੀ 18 ਔਰ 19 ਸਾਲ ਦੀ ਸੀ ਔਰ ਬੈਠ ਗਈ ਮੇਰੇ ਪਿਤਾ ਜੀ ਨੇ ਖੰਡਾ ਕਰਨ ਲੱਗੇ ਤੇ ਉਹ ਵਾਰ ਜਿਹੜਾ ਸੀ ਉਹ ਲੱਗਿਆ ਨਾ ਵਾਰ ਲੱਗਿਆ ਨਾ ਰੱਬ ਜਾਣੇ ਮੋਹ ਆ ਗਿਆ ਔਰ ਕੀ ਹੋ ਗਿਆ ਮੇਰੀ ਭੈਣ ਨੇ ਆਪਣੀ ਗੁੱਤ ਇੰਜ ਕੀਤੀ ਔਰ ਮੇਰੇ ਪਿਤਾ ਜੀ ਨੇ ਬੜੇ ਗੁੱਸੇ ਨਾਲ ਉਹਦਾ ਦੁਪੱਟਾ ਇੰਜ ਕੀਤਾ ਔਰ ਮੋਰੀ ਕਿਰਪਾਨ ਔਰ ਸਿਰ ਉਹ ਪਰੇ ਸੁੱਟਿਆ ਉਹ ਦੋਵੇਂ ਚਾਚਾ ਭਤੀਜਾ ਨੇ ਮੇਰੇ ਇੱਕ ਹੋਰ ਤਾਇਆ ਜੀ ਵੀ ਉੱਪਰ ਸਨ ਜਿਨ੍ਹਾਂ ਦਾ ਕਾਫੀ ਵੱਡਾ ਸਰੀਰ ਸੀ ਉਹਨਾਂ ਸਾਰਿਆਂ ਨੇ ਕੱਟਣਾ ਸ਼ੁਰੂ ਕੀਤਾ ਖਟ 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 ਦੀ ਆਵਾਜ਼ ਆਉਣ ਸੀ ਮੈਂ ਯਕੀਨ ਜਾਣ ਕੇ ਜਾਣਾ 60 ਸਾਲ ਮੈਨੂੰ ਅੱਜ ਦੀ ਯਾਦ ਹੈ ਕਿਸੇ ਨੇ ਹਾਈ ਨਹੀਂ ਕੀਤੀ ਬਸ ਵਾਹਿਗੁਰੂ ਦੀ ਆਵਾਜ਼ ਆਉਂਦੀ ਰਹੀ ਹੈ ਕਿਸੇ ਨੇ ਹਾਈ ਨਹੀਂ ਕੀਤੀ ਕੋਈ ਨੱਸੀ ਨਹੀਂ ਕਿਸੇ ਨੇ ਰੋਲਾ ਨਹੀਂ ਪਾਇਆ